Hello and welcome back to the channel guys in this video i'm going to provide you the vocabulary and sentence structures for map writing and after watching this video you will definitely see improvement in your band scores so pehli gal eh hai ki map jehde hunde hai oh do prakar de mostly questions de vich hunde ne ik vich past te present vich compare kita hunda yani ki jivein pehla map huga 1980s vich te dusra hoga present de vich and dusra hunda present te future ਯਾਨੀ ਕਿ ਇੱਕ ਮੈਪ ਹੋਊਗਾ ਅੱਜ ਦਾ ਤੇ ਇੱਕ ਹੋਊਗਾ ਵੀ ਫਿਊਚਰ ਵਿੱਚ ਕੀ ਪਲਾਨਸ ਨੇ ਸੋ ਸਭ ਤੋਂ ਪਹਿਲਾਂ ਆਪਾਂ ਵੋਕੈਬਲਰੀ ਵੇਖਾਂਗੇ ਜਿਹੜੀ ਬਿਲਡਿੰਗਸ ਰੋਡ ਤੇ ਬ੍ਰਿਜਸ ਤੇ ਬਣਾਉਣ ਤੇ ਤੋੜਨ ਤੇ ਜਾਂ ਫਿਰ ਐਕਸਪੈਂਡ ਕਰਨ ਦੇ ਵਿੱਚ ਬਾਰੇ ਹੋਊਗੀ ਸੋ ਪਹਿਲਾ ਵਰਡ ਹੈ ਡਿਮੋਲਿਸ਼ਡ ਤੇ ਨਾਕਡ ਡਾਊਨ ਇਹਨਾਂ ਦੋਵਾਂ ਦਾ ਮਤਲਬ ਸੇਮ ਹੀ ਹੈ ਇਸਦਾ ਮਤਲਬ ਹੈ ਢਾ ਦੇਣਾ ਸੋ ਦ ਨੈਕਸਟ ਵਨ ਇਜ਼ ਬਿਲਟ ਐਂਡ ਕੰਸਟਰਕਟ ਇਹਨਾਂ ਦੋਵਾਂ ਦਾ ਮਤਲਬ ਇਹ ਬਣਾਉਣਾ ਹੁੰਦਾ ਹੈਗਾ ਯਾਨੀ ਕਿ ਜਦੋਂ ਵੀ ਕੋਈ ਵੀ ਚੀਜ਼ ਨਵੀਂ ਬਣਦੀ ਹੈ ਮੈਪ ਦੇ ਵਿੱਚ ਉਹਨੂੰ ਆਪਾਂ ਜੇ ਆਪਾਂ ਲਿਖਣਾ ਹੋਵੇ ਉਹਦੇ ਬਾਰੇ ਤੇ ਆਪਾਂ ਬੈਲਟ ਜਾਂ ਕੰਸਟਰਕਟ ਯੂਜ਼ ਕਰ ਸਕਦੇ ਹਾਂ ਸੋ ਦ ਨੈਕਸਟ ਵਰਡ ਇਜ਼ ਰੈਨੋਵੇਟਡ ਐਂਡ ਡਿਵੈਲਪਡ ਇਹ ਵਰਡ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਕੋਈ ਵੀ ਪਹਿਲਾਂ ਵੀ ਉਹ ਚੀਜ਼ ਹੁੰਦੀ ਹੈ ਪਰ ਉਸ ਨੂੰ ਥੋੜਾ ਜਿਹਾ ਇੰਪਰੂਵ ਕਰ ਦਿੱਤਾ ਜਾਂਦਾ ਉਸ ਵਿੱਚ ਜੋ ਵੀ ਖਾਮੀਆਂ ਸੀ ਉਹਨਾਂ ਨੂੰ ਪੂਰਾ ਕਰਨ ਯਾਨੀ ਕਿ ਉਸ ਦੀ ਮੁਰੰਮਤ ਕਰ ਦਿੱਤੀ ਜਾਂਦੀ ਹੈ ਇਹ ਵਰਡ ਆਪਾਂ ਉਦੋਂ ਯੂਜ਼ ਕਰ ਸਕਦੇ ਹਾਂ ਮੈਪ ਰਾਈਟਿੰਗ ਦੇ ਵਿੱਚ ਸੋ ਦਾ ਨੈਕਸਟ ਵਰਡ ਇਜ਼ ਐਕਸਟੈਂਡਡ ਐਂਡ ਐਕਸਪੈਂਡਡ ਇਹ ਅੱਖਰ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਕੋਈ ਵੀ ਚੀਜ਼ ਜਿਵੇਂ ਇੱਕ ਰੈਜ਼ੀਡੈਂਸ਼ੀਅਲ ਏਰੀਆ ਹੁੰਦਾ ਮੈਪ ਦੇ ਵਿੱਚ ਤੇ ਉਹ ਜਿਵੇਂ ਪਹਿਲੇ ਸਾਲ ਵਿੱਚ ਛੋਟਾ ਸੀ ਤੇ ਉਸ ਤੋਂ ਬਾਅਦ ਉਹ ਵੱਡੇ ਇਲਾਕੇ ਵਿੱਚ ਬਣਾ ਦਿੱਤਾ ਗਿਆ ਯਾਨੀ ਕਿ ਉਸ ਨੂੰ ਵਧਾ ਦਿੱਤਾ ਗਿਆ ਉਹਦਾ ਇਲਾਕਾ ਵਧ ਗਿਆ ਉਸ ਨੂੰ ਐਕਸਟੈਂਡਡ ਜਾਂ ਐਕਸਪੈਂਡਡ ਕਿਹਾ ਜਾ ਸਕਦਾ ਸੋ ਦਾ ਨੈਕਸਟ ਵਰਡ ਇਜ਼ ਰੀਲੋਕੇਟਿਡ ਐਂਡ ਸ਼ਿਫਟਡ ਇਹਨਾਂ ਦਾ ਮਤਲਬ ਹੈ ਜਦੋਂ ਇੱਕ चीज ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਲਿਜਾ ਕੇ ਰੱਖ ਦਿੱਤਾ ਜਾਂ ਕਨਸਟਰਕਟ ਕਰ ਦਿੱਤਾ ਜਾਂਦਾ ਹੈ ਉਸ ਨੂੰ ਕਹਿੰਦੇ ਹੈ ਰੀ ਲੋਕੇਟਿਡ ਜਾਂ ਸ਼ਿਫਟਡ ਨੈਕਸਟ ਵਰਡਸ ਨੇ ਨੈਗਲੀਜੀਬਲ ਤੇ ਡਰਾਮੈਟਿਕ ਨੈਗਲੀਜੀਬਲ ਦਾ ਮਤਲਬ ਹੈ ਵੀ ਨਾ ਮਾਤਰਾ ਯਾਨੀ ਕਿ ਇਹ ਆਪਾਂ ਓਵਰਆਲ ਦੇ ਵਿੱਚ ਜਾਂ ਓਵਰਵਿਊ ਦੇ ਵਿੱਚ ਯੂਜ਼ ਕਰ ਸਕਦੇ ਹਾਂ ਜਦੋਂ ਆਪਾਂ ਦਿਖਾਉਣਾ ਹੋਵੇ ਵੀ ਮੈਪ ਵਿੱਚ ਬਹੁਤ ਘੱਟ ਚੇਂਜਸ ਆਏ ਨੇ ਐਂਡ ਡਰਾਮੈਟਿਕ ਵਰਡ ਆਪਾਂ ਉਦੋਂ ਯੂਜ਼ ਕਰ ਸਕਦੇ ਜਦੋਂ ਮੈਪ ਟੋਟਲੀ ਟਰਾਂਸਫਾਰਮ ਹੋ ਚੁੱਕਿਆ ਹੋਵੇ ਪਹਿਲਾਂ ਨਾਲੋਂ ਉਦੋਂ ਆਪਾਂ ਡਰਾਮੈਟਿਕ ਯੂਜ਼ ਕਰ ਸਕਦੇ ਹਾਂ ਓਵਰਵਿਊ ਦੇ ਵਿੱਚ ਬੈਸ ਸੋ ਜਦੋਂ ਆਪਾਂ ਕਿਸੇ ਚੀਜ਼ ਦੀ ਲੋਕੇਸ਼ਨ ਬਾਰੇ ਦੱਸਣਾ ਹੋਵੇ ਵੀ ਉਹ ਨਾਰਥ ਵਿੱਚ ਹੈ ਸਾਊਥ ਵਾਸਤੇ ਉਹਦੇ ਵਿੱਚ ਆਪਾਂ ਡਾਇਰੈਕਸ਼ਨਸ ਯੂਜ਼ ਕਰ ਸਕਦੇ ਹਾਂ ਸੋ ਉਹਨਾਂ ਦੇ ਨਾਮ ਉੱਪਰ ਲਿਖੇ ਹੋਏ ਹਨ ਸੋ ਲੈਟਸ ਮੂਵ ਔਨ ਟੂ ਸੈਂਟੈਂਸ ਸਟਰਕਚਰਸ ਸੋ ਜਦੋਂ ਆਪਾਂ ਮੈਪ ਦੀ ਇੰਟਰੋਡਕਸ਼ਨ ਨੂੰ ਰੀਫਰੇਜ਼ ਕਰਨਾ ਹੋਵੇ ਵਿੱਚ ਆਪਾਂ ਇਹ ਲਾਈਨ ਯੂਜ਼ ਕਰ ਸਕਦੇ ਹਾਂ ਦਾ ਮੈਪ ਇਲਸਟ੍ਰੇਟਸ ਡਿਪਿਕਸ ਸ਼ੋਸ ਇਹਨਾਂ ਵਿੱਚੋਂ ਇੱਕ ਅੱਖਰ ਯੂਜ਼ ਕਰ ਸਕਦੇ ਹਾਂ ਸੋ ਜਦੋਂ ਆਪਾਂ ਕੰਪੈਰੀਜ਼ਨ ਕਰਨਾ ਹੋਵੇ ਦੋ ਚੀਜ਼ਾਂ ਦੇ ਵਿੱਚ ਉਹਦੇ ਵਿੱਚ ਆਪਾਂ ਇਹ ਲਾਈਨ ਯੂਜ਼ ਕਰ ਸਕਦੇ ਹਾਂ ਇਨ ਕੰਪੈਰੀਜ਼ਨ ਟੂ ਇੰਡਸਟਰੀਅਲ ਏਰੀਆ ਦਾ ਰੈਜ਼ੀਡੈਂਸ਼ੀਅਲ ਏਰੀਆ ਸੌ ਮੇਜਰ ਐਕਸਪੈਂਸ਼ਨ ਸੈਕੰਡ ਵਨ ਹੈਗਾ ਅਨਲਾਈਕ ਦਾ ਇੰਡਸਟਰੀਅਲ ਏਰੀਆ ਵਿੱਚ ਰਿਮੇਨਡ ਸੇਮ ਦਾ ਰੈਜ਼ੀਡੈਂਸ਼ੀਅਲ ਏਰੀਆ ਐਕਸਪੈਂਡਡ ਐਕਸਪੋਨੈਂਸ਼ੀਅਲੀ ਜਦੋਂ ਜਦੋਂ ਆਪਾਂ ਕਿਸੇ ਚੀਜ਼ ਦੀ ਸਪੈਸਿਫਿਕ ਲੋਕੇਸ਼ਨ ਦੱਸਣੀ ਹੋਵੇ ਬਿਟਾਊਨ ਹੋਲ ਕਿੱਥੇ ਆ ਤੋਂ ਉਦੋਂ ਆਪਾਂ ਇਹ ਲਾਈਨ ਯੂਜ਼ ਕਰ ਸਕਦੇ ਆ ਇਨ ਦਾ ਨਾਰਥ ਈਸਟਰਨ ਪਾਰਟ ਆਫ ਦਾ ਸਿਟੀ ਥੇਅਰ ਇਜ਼ ਅ ਟਾਊਨ ਹਾਲ ਸੋ ਜਦੋਂ ਆਪਾਂ ਚੇਂਜ ਓਵਰ ਟਾਈਮ ਦਿਖਾਉਣਾ ਹੈ ਕਿਸੇ ਵੀ ਜਗ੍ਹਾ ਦੇ ਵਿੱਚ ਉਹਦੇ ਵਿੱਚ ਆਪਾਂ ਲਿਖ ਸਕਦੇ ਆ ਬਿਟਵੀਨ 1990 ਐਂਡ 2000 ਥੇਅਰ ਵਾਸ ਅ ਮੇਜਰ ਡਿਵੈਲਪਮੈਂਟ ਇਨ ਇੰਡਸਟਰੀਅਲ ਏਰੀਆ ਸੋ ਦਾ ਨੈਕਸਟ ਵਨ ਇਜ਼ ਓਵਰ ਦਾ ਲਾਸਟ ਡੈਕੇਡ ਥੇਅਰ ਵਾਸ ਅ ਨੋਟਿਸੇਬਲ ਸ਼ਿਫਟ ਇਨ ਦਾ ਡਿਵੈਲਪਮੈਂਟ ਆਫ ਪਾਰਕਸ So, thanks for watching, guys. If you want particular videos for all the writing tasks, please comment down below. And if you want free study material, please visit my Telegram channel.